ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਸ਼ਰਾਰਤੀ ਬਾਬਾ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ, ਸਿੱਖ ਭਾਈਚਾਰੇ ਨੂੰ ਔਰ ਕ੍ਰਿਸ਼ਨ ਭਾਈਚਾਰੇ ਨੂੰ ਆਪਸ 'ਚ ਲੜਾਉਣਾ ਚਾਹੁੰਦਾ। ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਲੋਕ ਹਾਂ, ਮਗਰ ਇਹ ਲੋਕ ਜਿਹੜੇ ਹੈਗੇ ਇਹਨਾਂ ਦੀ ਇਹ ਮੰਸ਼ਾ ਵਾ ਵੀ ਕਿੱਦਾਂ ਆਪਸੀ ਜਿਹੜੇ ਦੰਗੇ ਕਰਵਾਈ ਜਾਣ, ਭਾਈਚਾਰਕ ਸਾਂਝ ਖਰਾਬ ਕੀਤੀ ਜਾਵੇ। ਇਹ ਕੀ ਗੱਲ ਹੈ, ਇਹ ਜਾਣ ਕੇ ਚਾਲਬਾਜ਼ੀ ਦੇ ਨਾਲ ਇੱਦਾਂ ਦੀ ਸਿਆਸਤ ਖੇਡੀ ਜਾਂਦੀ ਹੈ ਕਿ ਅਸੀਂ ਜਨਗਣਨਾ 'ਚ ਪੂਰੇ ਨਾ ਹੋ ਸਕੀਏ, ਕਿ ਉਹਨਾਂ ਨੇ ਸਿੱਧਾ ਹੀ ਸਾਡੀ ਕਮਿਊਨਿਟੀ ਨੂੰ ਥਰੈਟ ਕੀਤਾ, ਸਾਡੀ ਪਾਕ ਪਵਿੱਤਰ ਬਾਈਬਲ ਨੂੰ ਉਹਨਾਂ ਨੇ ਜਾਲੀ ਦੱਸਿਆ ਆ, ਕਿਉਂਕਿ ਪ੍ਰਭੂ ਯੇਸ਼ੂ ਮਸੀਹ ਦਾ ਨਾਮ ਪਹਿਲਾਂ ਕਾਇਮ ਸੀ, ਹੁਣ ਕਾਇਮ ਹੈ ਅਤੇ ਹਮੇਸ਼ਾ ਕਾਇਮ ਰਹੇਗਾ। ਸਭ ਦਾ ਅਲੱਗ ਅਲੱਗ ਅਤੇ ਸਭ ਦਾ ਅਲੱਗ ਅਲੱਗ ਤਰੀਕਾ ਆ, ਜਿਸ ਤਰੀਕੇ ਵੀ ਪ੍ਰਚਾਰ ਹੁੰਦਾ ਆ ਉਹ ਪਵਿੱਤਰ ਬਾਈਬਲ ਦਾ ਹਿੱਸਾ ਆ, ਕਿ ਜਿਹੜਾ ਬਾਹਰੋਂ ਆ ਕੇ ਇੱਥੇ ਮਾਹੌਲ ਖਰਾਬ ਕਰਨਾ ਚਾਹੁੰਦਾ, ਦੰਗੇ ਕਰਾਉਣਾ ਚਾਹੁੰਦਾ, ਉਹਦੇ 'ਤੇ ਕਾਨੂੰਨ ਇੱਦਾਂ ਦਾ ਲਾ ਕੇ ਇੱਕ ਤਾਂ ਉਹਨੂੰ ਸਜ਼ਾ ਦਿੱਤੀ ਜਾਵੇ, ਦੂਜਾ ਉਹਨੂੰ ਉਹਦੇ ਮੁਲਕ ਦੇ ਵਿੱਚ ਡਿਪੋਰਟ ਕੀਤਾ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਅਤੇ ਮੈਂ ਜੈ ਕੁਮਾਰ ਮੌਜੂਦ ਹਾਂ ਲੁਧਿਆਣਾ ਦੇ DC ਦਫ਼ਤਰ ਦੇ ਬਾਹਰ, ਜਿੱਥੇ ਅੱਜ ਕ੍ਰਿਸ਼ਚਨ ਭਾਈਚਾਰਾ ਜਿਹੜਾ ਵੈ ਉਹ ਇਕੱਤਰਿਤ ਹੋਇਆ ਵੈ। ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਕ੍ਰਿਸ਼ਚਨ ਭਾਈਚਾਰਾ ਇੱਥੇ ਮੌਜੂਦ ਹੈਗਾ, ਅਤੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਬਾਬਾ ਹੈਗਾ ਕੋਈ ਜਿਹਨੇ ਇਹਨਾਂ ਦੇ ਕਮਿਊਨਿਟੀ ਦੇ ਖਿਲਾਫ਼ ਜਿਹੜਾ ਵੈ ਗਲਤ ਬੋਲਿਆ ਹੈਗਾ, ਜਿਸ ਨੂੰ ਲੈ ਕੇ ਅੱਜ CP ਦਫ਼ਤਰ ਪਹੁੰਚੇ ਸੀ, ਮੰਗ ਪੱਤਰ ਦਿੱਤਾ ਹੈਗਾ ਅਤੇ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਦੀ ਜਿਹੜੀ ਹੈ ਉਹ ਮੰਗ ਕੀਤੀ ਗਈ ਹੈ। ਅਤੇ ਲਗਾਤਾਰ ਦੇਖ ਸਕਦੇ ਹੋ ਕਿ ਕਿਵੇਂ DC ਦਫ਼ਤਰ ਦੇ ਬਾਹਰ ਕ੍ਰਿਸ਼ਚਨ ਭਾਈਚਾਰਾ ਜਿਹੜਾ ਵੈ ਇਕੱਠਾ ਨਜ਼ਰ ਆਇਆ। ਤਾਂ ਗੱਲਬਾਤ ਵੀ ਕਰਦੇ ਹਾਂ ਕਿ ਆਖਿਰ ਕੀ ਮਾਮਲਾ ਹੈਗਾ ਪੂਰਾ, ਉਹ ਵੀ ਜਾਣਨ ਦੀ ਕੋਸ਼ਿਸ਼ ਕਰਦੇ। ਮੰਗ ਪੱਤਰ ਦੇਣ ਅਸੀਂ ਬਾਬੇ ਦੇ ਖਿਲਾਫ਼ ਗੁਰ ਜੀ ਦੇ ਕੀ ਕਰਦੇ? ਅੱਜ ਅਸੀਂ DC ਆਫਿਸ DC ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ। ਸ਼ਾਇਦ DC ਸਾਹਿਬ ਕਿਸੇ ਮੀਟਿੰਗ ਦੇ ਵਿੱਚ ਬਿਜ਼ੀ ਸੀ, ਕਿਉਂਕਿ ਉਹਨਾਂ ਨੂੰ ਬਹੁਤ ਕਾਰਜ ਹੁੰਦੇ ਆ, ਅਤੇ ADC ਸਾਹਿਬ ਨਾਲ ਮੁਲਾਕਾਤ ਹੋਈ ਹੈ ਅਤੇ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਨਾਮ ਦਾ ਅਸੀਂ ਮੰਗ ਪੱਤਰ ਭੇਜਿਆ ਆ, ਕਿਉਂਕਿ ਉਹਨਾਂ ਨੂੰ ਯਾਦ ਕਰਾਉਣਾ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਮਸੀਹ ਭਾਈਚਾਰਾ ਵੀ ਵਸਦਾ ਆ, ਅਤੇ ਮਸੀਹ ਭਾਈਚਾਰਾ ਜੋ ਉਹ ਕਹਿੰਦੀਆਂ ਜਨਗਣਨਾ ਉਹ ਨਹੀਂ ਹੈ। ਬਾਬੇ ਨੇ ਜੋ ਗੱਲ ਕਹੀ ਹੈ ਵੀ ਮੱਧਮਸ਼ੁਮਾਰੀ ਕਰਾਉਣੀ ਜ਼ਰੂਰੀ ਹੈ, ਕਿਉਂਕਿ ਉਹ ਗੱਲ ਆ ਜਾਂਦੀ ਹੈ ਜਿਹਦੀ ਜਿੰਨੀ ਭਾਗੇਦਾਰੀ ਉਹਦੀ ਉਨੀ ਹਿੱਸੇਦਾਰੀ। ਅੱਜ ਸਾਡੀ ਭਾਗੇਦਾਰੀ ਚੌਥੇ ਹਿੱਸੇ 'ਚ ਪੰਜਾਬ 'ਚ ਪਹੁੰਚ ਚੁੱਕੀ ਹੈ, ਪਹਿਲਾਂ ਵੀ ਚੌਥੇ ਹਿੱਸੇ 'ਚ ਸੀ, ਸਾਡੇ ਨਾਲ ਘਾਣ ਕੀਤਾ ਜਾਂਦਾ ਹੈ, ਮੱਧਮਸ਼ੁਮਾਰੀ ਦੇ ਵਿੱਚ ਸਾਡੇ ਪੜਦਾਦਿਆਂ ਦਾ ਨਾਂ ਪੁੱਛਿਆ ਜਾਂਦਾ ਹੈ, ਜਦਕਿ ਸਾਨੂੰ ਆਪ ਵੀ ਆਪਣੇ ਪੜਦਾਦੇ ਦਾ ਨਾਮ ਮੈਨੂੰ ਨਹੀਂ ਪਤਾ, ਬਾਕੀਆਂ ਦਾ ਮੈਨੂੰ ਪਤਾ ਨਹੀਂ, ਮੈਨੂੰ ਦਾਦੇ ਤੱਕ ਪਤਾ ਆ। ਅਤੇ ਇਹ ਕੀ ਗੱਲ ਹੈ, ਇਹ ਜਾਣ ਕੇ ਚਾਲਬਾਜ਼ੀ ਦੇ ਨਾਲ ਇੱਦਾਂ ਦੀ ਸਿਆਸਤ ਖੇਡੀ ਜਾਂਦੀ ਹੈ ਕਿ ਅਸੀਂ ਜਨਗਣਨਾ 'ਚ ਪੂਰੇ ਨਾ ਹੋ ਸਕੀਏ। ਅੱਜ ਮੰਗ ਪੱਤਰ ਅਸੀਂ ਦਿੱਤਾ ਹੈ DC ਸਾਹਿਬ ਨੂੰ, ਅਤੇ ਇੱਕ ਕੰਪਲੇਂਟ CP ਸਾਹਿਬ ਨੂੰ ਦਿੱਤੀ ਹੈ ਕਿ ਉਹਨਾਂ ਨੇ ਸਿੱਧਾ ਹੀ ਸਾਡੀ ਕਮਿਊਨਿਟੀ ਨੂੰ ਥਰੈਟ ਕੀਤਾ, ਸਾਡੀ ਪਾਕ ਪਵਿੱਤਰ ਬਾਈਬਲ ਨੂੰ ਉਹਨਾਂ ਨੇ ਜਾਲੀ ਦੱਸਿਆ ਆ, ਅਤੇ ਸਾਡੇ ਨੌਜਵਾਨਾਂ ਨੂੰ ਬੇਇੱਜ਼ਤ ਕੀਤਾ ਆ, ਸਾਡੇ ਪਾਸਟਰਾਂ ਨੂੰ ਬੇਇੱਜ਼ਤ ਕੀਤਾ ਆ, ਕਿ ਜਿਹੜਾ ਇਹ ਪ੍ਰਚਾਰ ਕਰਦੇ ਆ ਇਹ ਪਖੰਡ ਹੈ। ਇਹ ਰਿਚੁਅਲਸ ਨੇ, ਮੈਂ ਤੁਹਾਨੂੰ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਕਿ ਸਾਡੇ 3 ਤਰ੍ਹਾਂ ਦੇ ਪ੍ਰਚਾਰ ਹੁੰਦੇ ਨੇ, ਇੱਕ ਕੈਥੋਲਿਕ ਪ੍ਰਚਾਰ, ਇੱਕ ਪ੍ਰੋਟੈਸਟੈਂਟ ਪ੍ਰਚਾਰ ਅਤੇ ਇੱਕ ਪੈਂਟੀਕੋਸਟਲ ਪ੍ਰਚਾਰ। ਕੈਥੋਲਿਕ ਦਾ ਪ੍ਰਚਾਰ ਪੈਂਟੀਕੋਸਟਲ ਨਾਲ ਮੇਲ ਨਹੀਂ ਖਾਂਦਾ, ਪ੍ਰੋਟੈਸਟੈਂਟ ਦਾ ਪੈਂਟੀਕੋਸਟਲ ਨਾਲ ਨਹੀਂ ਖਾਂਦਾ। ਸਭ ਦਾ ਅਲੱਗ ਅਲੱਗ ਅਤੇ ਸਭ ਦਾ ਅਲੱਗ ਅਲੱਗ ਤਰੀਕਾ ਆ, ਜਿਸ ਤਰੀਕੇ ਵੀ ਪ੍ਰਚਾਰ ਹੁੰਦਾ ਆ ਉਹ ਪਵਿੱਤਰ ਬਾਈਬਲ ਦਾ ਹਿੱਸਾ ਆ, ਚਾਹੇ ਉਹ ਯਿਸੂ ਦਾ ਹੁੰਦਾ, ਹਾਂ ਉਹ ਯਿਸੂ ਦਾ ਹੀ ਹੁੰਦਾ ਆ, ਅਤੇ ਪਵਿੱਤਰ ਬਾਈਬਲ ਦਾ ਹਿੱਸਾ ਆ, ਚਾਹੇ ਪੁਰਾਣਾ ਨੇਮ ਹੋਵੇ ਅਤੇ ਚਾਹੇ ਨਵਾਂ ਨੇਮ ਹੋਵੇ। ਟਾਈਮ ਟੂ ਟਾਈਮ ਚਿੰਨ ਵੀ ਹੁੰਦੇ ਰਹੇ, ਚਮਤਕਾਰ ਵੀ ਹੁੰਦੇ ਰਹੇ, ਮੁਰਦੇ ਵੀ ਜਿਉਂਦੇ ਹੁੰਦੇ ਰਹੇ, ਲੰਗੜੇ ਵੀ ਚੱਲਦੇ ਰਹੇ, ਕੋਹੜੀ ਵੀ ਠੀਕ ਹੁੰਦੇ ਰਹੇ, ਅੰਨੇ ਵੀ ਠੀਕ ਹੁੰਦੇ ਰਹੇ, ਭੁੱਖਾਂ ਦੀ ਭੁੱਖ ਮਿਟਦੀ ਰਹੀ, ਕਿਉਂਕਿ ਪ੍ਰਭੂ ਯੇਸ਼ੂ ਮਸੀਹ ਦਾ ਨਾਮ ਪਹਿਲਾਂ ਕਾਇਮ ਸੀ, ਹੁਣ ਕਾਇਮ ਹੈ ਅਤੇ ਹਮੇਸ਼ਾ ਕਾਇਮ ਰਹੇਗਾ। ਮੈਂ ਪੰਜਾਬ ਪੁਲਿਸ ਤੋਂ ਇਹ ਮੰਗ ਕਰਦਾ ਹਾਂ ਕਿ ਜਿਹੜਾ ਬਾਹਰੋਂ ਆ ਕੇ ਇੱਥੇ ਮਾਹੌਲ ਖਰਾਬ ਕਰਨਾ ਚਾਹੁੰਦਾ, ਦੰਗੇ ਕਰਾਉਣਾ ਚਾਹੁੰਦਾ, ਉਹਦੇ 'ਤੇ ਕਾਨੂੰਨ ਇੱਦਾਂ ਦਾ ਲਾ ਕੇ ਇੱਕ ਤਾਂ ਉਹਨੂੰ ਸਜ਼ਾ ਦਿੱਤੀ ਜਾਵੇ, ਦੂਜਾ ਉਹਨੂੰ ਉਹਦੇ ਮੁਲਕ ਦੇ ਵਿੱਚ ਡਿਪੋਰਟ ਕੀਤਾ ਜਾਵੇ। ਮੇਰਾ ਕ੍ਰਿਸ਼ਚਨ ਕੰਟਰੀਆਂ ਨੂੰ ਵੀ ਇੱਕ ਮੰਗ ਹੈ ਕਿ ਜਿਹੜੇ ਉੱਥੋਂ ਲੋਕ ਆ ਕੇ ਇੱਥੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ, ਉਹਨਾਂ ਦੀ ਸਿਟੀਜ਼ਨਸ਼ਿਪ ਕੈਂਸਲ ਕੀਤੀ ਜਾਵੇ, ਅਤੇ ਨਾ ਉਹ ਇੱਥੇ ਦੇ ਰਹਿਣ ਨਾ ਉਹ ਉੱਥੇ ਦੇ ਰਹਿਣ। ਥੈਂਕ ਯੂ।
ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। ਮੇਰਾ ਨਾਮ ਜਤਿੰਦਰ ਮਸੀਹ ਗੌਰਵ ਹੈ, ਮੈਂ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦਾ ਨੈਸ਼ਨਲ ਪ੍ਰੈਜ਼ੀਡੈਂਟ ਹਾਂ। ਅੱਜ ਤੁਸੀਂ ਦੇਖਿਆ ਲੁਧਿਆਣਾ ਦੇ ਵਿੱਚ ਸਮੁੱਚਾ ਮਸੀਹ ਭਾਈਚਾਰਾ ਇਕੱਠਾ ਹੋਇਆ, ਸਾਡੇ ਵੱਖ ਵੱਖ ਜਥੇਬੰਦੀਆਂ ਤੋਂ ਸਾਡੇ ਲੀਡਰ ਸਾਹਿਬਾਨ ਇਕੱਠੇ ਹੋਏ ਨੇ, ਪਾਸਟਰ ਸਾਹਿਬਾਨ ਇਕੱਠੇ ਹੋਏ ਨੇ, ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਸ਼ਰਾਰਤੀ ਬਾਬਾ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ, ਸਿੱਖ ਭਾਈਚਾਰੇ ਨੂੰ ਔਰ ਕ੍ਰਿਸ਼ਚਨ ਭਾਈਚਾਰੇ ਨੂੰ ਆਪਸ 'ਚ ਲੜਾਉਣਾ ਚਾਹੁੰਦਾ। ਮੈਂ ਬੇਨਤੀ ਕਰਨਾ ਚਾਹੁੰਦਾ ਵੀ ਸਿੱਖ ਜਿਹੜੇ ਸਾਡੇ ਵੱਡੇ ਭਰਾ ਨੇ, ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਅਸੀਂ ਕੁਰਾਨ ਸ਼ਰੀਫ ਦਾ ਵੀ ਸਤਿਕਾਰ ਕਰਦੇ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਸਤਿਕਾਰ ਕਰਦੇ ਹਾਂ, ਭਗਵਤ ਗੀਤਾ ਦਾ ਸਤਿਕਾਰ ਕਰਦੇ ਹਾਂ, ਪਵਿੱਤਰ ਬਾਈਬਲ ਦਾ ਸਤਿਕਾਰ ਕਰਨ ਵਾਲੇ ਅਸੀਂ ਲੋਕ ਹਾਂ, ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਲੋਕ ਹਾਂ। ਮਗਰ ਇਹ ਲੋਕ ਜਿਹੜੇ ਹੈਗੇ, ਇਹਨਾਂ ਦੀ ਇਹ ਮੰਸ਼ਾ ਵਾ ਵੀ ਕਿੱਦਾਂ ਆਪਸੀ ਜਿਹੜੇ ਦੰਗੇ ਕਰਵਾਈ ਜਾਣ, ਭਾਈਚਾਰਕ ਸਾਂਝ ਖਰਾਬ ਕੀਤੀ ਜਾਵੇ, ਔਰ ਅਸੀਂ ਇਹਨਾਂ ਦੇ ਖਿਲਾਫ਼ ਹਾਂ। ਔਰ ਪਿਛਲੇ ਦਿਨਾਂ ਦੇ ਵਿੱਚ ਬਾਬਾ ਗੁਰਪ੍ਰੀਤ ਨੇ ਔਰ ਸਾਥੀਆਂ ਨੇ ਬਾਈਬਲ ਨੂੰ ਗੰਦ ਦੱਸਿਆ, ਕੂੜਾ ਦੱਸਿਆ, ਕ੍ਰਿਸ਼ਚਨ ਭਾਈਚਾਰੇ ਨੂੰ ਭੱਦੀ ਸ਼ਬਦਾਲਵੀ ਦੇ ਨਾਲ ਸੰਬੋਧਿਤ ਕੀਤਾ, ਔਰ ਬਾਈਬਲ ਨੂੰ ਇਹ ਕਿਹਾ ਵੀ ਬਾਈਬਲ ਨਕਲੀ ਆ। ਸੋ ਅਸੀਂ ਕਿਸੇ ਧਰਮ ਗ੍ਰੰਥ ਬਾਰੇ ਬੋਲਦੇ ਨਹੀਂ ਹਾਂ, ਮਗਰ ਅਸੀਂ ਇਹ ਬਰਦਾਸ਼ਤ ਨਹੀਂ ਕਰਦੇ ਵੀ ਸਾਡੇ ਜਿਹੜੇ ਧਰਮ ਗ੍ਰੰਥ ਨੇ ਉਹਨਾਂ ਦੇ ਬਾਰੇ ਕੋਈ ਭੱਦੀ ਸ਼ਬਦਾਵਲੀ ਵਰਤੇ। ਅੱਜ ਅਸੀਂ ਡੀਸੀ ਸਾਹਿਬ ਨੂੰ ਵੀ ਮਿਲੇ ਹਾਂ, ਔਰ ਇੱਕ ਇਹਨਾਂ ਨੇ ਹੋਰ ਗੱਲ ਕੀਤੀ ਵੀ ਜਿਹੜੇ ਕ੍ਰਿਸ਼ਨ ਸਕੂਲ ਆ ਉੱਥੇ ਕ੍ਰਿਸ਼ਨਾ ਦੇ ਬੱਚੇ ਖਾਲੀ ਪੜ੍ਹਦੇ ਨੇ। ਅਸੀਂ ਏ ਡੀ ਸੀ ਸਾਹਿਬ ਨੂੰ ਇਹ ਬੇਨਤੀ ਕੀਤੀ, ਉਹ ਕਹਿੰਦੇ ਮੇਰੀ ਬੇਟੀ ਆਪ ਕ੍ਰਿਸ਼ਨ ਸਕੂਲ 'ਚ ਪੜ੍ਹਦੀ ਆ। ਸੋ ਕ੍ਰਿਸ਼ਨ ਸਕੂਲ 'ਚ ਵੇਖੋ ਵੱਡੇ ਵੱਡੇ ਪੜ੍ਹ ਕੇ ਅਫਸਰ ਜਿਹੜੇ ਆ ਲੱਗੇ, IPS ਬਣੇ ਆ, PPS ਬਣੇ ਆ, ਅਸੀਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਲੋਕ ਹਾਂ। ਅਸੀਂ ਅੱਜ ਮੰਗ ਕਰਦੇ ਹਾਂ ਸਮੁੱਚਾ ਮਸੀਹ ਭਾਈਚਾਰਾ ਵੀ ਇਹਨਾਂ 'ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, 295A ਦਾ ਪਰਚਾ ਦਰਜ ਕਰਕੇ ਹੋਰ ਵੱਖ ਵੱਖ ਧਾਰਾਂ ਲਗਾ ਕੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਸੁੱਟਿਆ ਜਾਵੇ। ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ, ਧੰਨਵਾਦ। ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। ਅੱਜ ਅਸੀਂ ਇਸ ਜਗ੍ਹਾ ਦੇ ਉੱਤੇ ਮੰਗ ਪੱਤਰ ਦੇਣ ਵਾਸਤੇ ਆਏ ਹਾਂ, ਜਿਹੜਾ ਬਾਬਾ ਜੀ ਬਾਬਾ ਗੁਰਪ੍ਰੀਤ ਹੈ ਔਰ ਉਹਨਾਂ ਦੇ ਨਾਲ ਹੋਰ 3-4 ਸਾਥੀ ਨੇ, ਉਹ ਬਹੁਤ ਮਸੀਹਾਂ ਦੇ ਖਿਲਾਫ਼ ਜ਼ਹਿਰ ਉਗਲ ਰਹੇ ਨੇ, ਮਸੀਹ ਭਾਈਚਾਰੇ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ। ਅਸੀਂ CP ਸਾਹਿਬ ਨੂੰ ਮਿਲੇ ਹਾਂ, DC, ADC ਸਾਹਿਬ ਨੂੰ ਮਿਲੇ ਹਾਂ, ਮੰਗ ਪੱਤਰ ਦਿੱਤੀ ਹੈ ਕਿ ਇਹੋ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਕਤਲੇਆਮ ਕਰਾਉਣਾ ਚਾਹੁੰਦੇ ਨੇ, ਇਹਨਾਂ ਨੂੰ ਨੱਥ ਪਾਈ ਜਾਏ, ਇਹ ਬਾਬੇ ਨੂੰ ਡਿਪੋਰਟ ਕਰਕੇ ਵਾਪਸ ਭੇਜਿਆ ਜਾਵੇ। ਉਹਨੇ ਇੱਕ ਗੱਲ ਹੋਰ ਕਹੀ ਹੈ ਕਿ ਮੈਂ ਪਹਿਲਾਂ 15-16 ਚ ਆਇਆ ਸੀ, ਉਦੋਂ ਮੈਂ ਇਹ ਲੜਾਈ ਝਗੜੇ 'ਤੇ ਗੰਦ ਪਾ ਕੇ ਗਿਆ ਸੀ, ਹੁਣ ਫਿਰ ਮੈਂ ਸਾਰਿਆਂ ਦੇ ਗੋਡੇ ਲਵਾ ਕੇ ਜਾਣੇ ਆ। ਸਰਕਾਰ ਦੇ ਅੱਗੇ, CP ਸਾਹਿਬ ਦੇ ਅੱਗੇ, ਪੂਰੇ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਇਹੋ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ, ਲੋਕਾਂ ਨੂੰ ਭੜਕਾਉਂਦੇ ਨੇ, ਸਾਡੇ ਸਿੱਖ ਭਾਈਚਾਰਾ, ਹਿੰਦੂ ਭਾਈਚਾਰੇ ਵਿੱਚ ਜੋ ਵਿਖਾਦ ਖੜਾ ਕਰਦੇ ਨੇ, ਇਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾਏ ਜਾਂ ਇਹਨਾਂ ਨੂੰ ਸਲਾਖਾਂ ਦੇ ਪਿੱਛੇ